ਆਲ ਪੰਜਾਬ ਨਿਊਜ਼ ਚੈਨਲ ਵਾਲੇ ਦਰਸ਼ਕਾਂ ਦਾ ਅੱਜ ਆਪਾਂ ਦਰਸ਼ਕੋ ਪਹੁੰਚੇ ਹਾਂ ਪਿੰਡ ਘੋਨੇਵਾਲ ਜੋ ਬਿਲਕੁਲ ਕੇ ਦਰਿਆ ਦੇ ਕੰਢੇ ਤੇ ਨਾਲ ਘਣੀਆਂ ਬੇਟ ਜਿੱਥੇ ਪੰਜਾਬ ਸਰਕਾਰ ਵੱਲੋਂ ਸੀੜੀਗੀ ਮੁਹਿੰਮ ਦੇ ਤਹਿਤ ਕਰੀਬ 430 ਏਕੜ ਜ਼ਮੀਨ ਦਾ ਜਿਹੜਾ ਕਬਜ਼ਾ ਲੈਣ ਵਾਸਤੇ ਪ੍ਰਸ਼ਾਸਨ ਇੱਥੇ ਪਹੁੰਚ ਰਿਹਾ ਤੇ ਕੁਝ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਪਰ ਕਿਸਾਨਾਂ ਨੇ ਇਸ ਨੂੰ ਰੋਕਣ ਲਈ ਇੱਥੇ ਧਰਨਾ ਲਗਾਇਆ ਹੋਇਆ ਹੈ। ਅੱਜ ਆਪਾਂ ਗੱਲ ਕਰਾਂਗੇ ਕਿਸਾਨਾਂ ਨਾਲ ਕਿ ਉਹ ਇਸ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੁੰਦੇ ਹਨ। ये धरना इस करके लग्या जी भी दरों पार जमीन आ सानू 62 विच मिली ते 62 च मिली आ ते पटे पटियां ते मिली आ सारे लोगों को बदोबदी इधर लिया गया वा उदे नहीं सन क्योंकि बड़ा खतरनाक सी। वाहेगुरु जी की फतेह। इस करके ये सारी जमीन पटियां ते ही ये सिर्फ जट्टां को नहीं ईसाइयां कोल भी आ मैरियां सिंघां कोल भी सी ते ये हुण असी ਇਹਦੇ ਤੇ ਡਿਗਰੀਆਂ ਵੀ ਜਿੱਤੀਆਂ ਨੇ ਬਾਕੀ 10-10 ਸਾਲ ਦੀ ਲੀਜ਼ ਉਤਾਰੀ ਆ ਸਾਨੂੰ ਜ਼ਮੀਨ ਪੱਕੀ ਹੋਣੀ ਚਾਹੀਦੀ ਸੀ ਜਿਹੜੀ ਇਹਨਾਂ ਨੇ ਕੀਤੀ ਨਹੀਂ ਤੇ ਹੁਣ ਆਣ ਕੇ ਉਹ ਜੰਗਲਾਤ ਵਾਲਿਆਂ ਦੇ ਸਾਡੀ ਆ ਸਰਕਾਰ ਦੀ ਜ਼ਮੀਨ ਛੱਡੋ ਅਸੀਂ ਤੇ ਇਹਦੇ ਤੇ 62 ਤੋਂ ਕਾਬਜ਼ਿਆਂ ਤੇ ਹੁਣ ਸਣ ਵੇਖ ਲਓ 22 ਆ ਕਿੰਨੇ ਸਾਲ ਹੋ ਗਏ ਨੇ ਗਿਣ ਲਓ ਤੇ ਲੜਾਈਆਂ ਇੱਥੇ 65 ਦੀ ਵੀ ਸਾਡੇ ਉੱਤੋਂ ਦੀ ਲੰਘੀ 71 ਦੀ ਵੀ ਸਾਡੇ ਉੱਤੋਂ ਦੀ ਲੰਘੀ ਹੜ ਤੇ ਸਾਲ ਦੇ ਸਾਲ ਆਉਂਦਾ ਨਾ ਜੇ ਇੱਕ ਸਾਲ ਥੋੜਾ ਬੂਤਾ ਘੱਟ ਰਹਿ ਜੇ ਜੰਗਲਾਤ ਦੇ ਨਾਂ ਤੇ ਕੋਈ ਇੰਤਕਾਲ ਨਹੀਂਗਾ ਪੰਚਾਇਤ ਵੀ ਨਹੀਂ ਵਿੱਚ ਆਉਂਦੀ ਪੰਚਾਇਤ ਵੀ ਵਿੱਚ ਕੋਈ ਨਹੀਂਗੀ ਸਿਰਫ ਇਹ ਜ਼ਮੀਨ ਉਹ ਆ ਜਿਹੜੀ ਪਟਿਆਂ ਦੇ ਉੱਤੇ ਸਰਕਾਰ ਨੇ ਲੋਕਾਂ ਨੂੰ ਦਿੱਤੀ ਸੀ ਤੇ ਲੋਕਾਂ ਨੇ ਫਿਰ ਪੁੱਟੀ ਆ ਤੇ ਹੁਣ ਉਹ ਵਾਉਂਡੇ ਨੇ ਤੇ ਇਹਨਾਂ ਨੂੰ ਉਹ ਚੰਗੇ ਨਹੀਂ ਲੱਗਣ ਦੇ ਆਉਂਦੇ ਨੇ ਵੀ ਇਹਨਾਂ ਨੂੰ ਉੱਥੋਂ ਕੱਢੀਏ ਤੇ ਇਹ ਨਿਕਲਣੇ ਨਹੀਂ ਇਹ ਮਰਨ ਤੋਂ ਬਾਅਦ ਹੀ ਆ ਬਾਰਡਰ ਵਸਾਇਆ ਤੇ ਫਿਰ ਸਾਨੂੰ ਇੱਥੇ ਵਸਾਇਆ ਸੀ ਤੇ ਇਹ ਮਰਨ ਤੋਂ ਬਾਅਦ ਹੀ ਆ ਜੀਂਦੇ ਨਹੀਂ ਬਾਕੀ ਸਾਡਾ ਸ਼ਾਂਤਮਈ ਮਾਹੌਲ ਆ ਤੇ ਸਾਡੀ ਇਹੋ ਰਣਨੀਤੀ ਸੀ ਵੀ ਅਸੀਂ ਉਹਨਾਂ ਦਾ ਰਾਹ ਮੱਲਾਂਗੇ ਡੱਕਾਂਗੇ ਤੇ ਡੱਕਾਂਗੇ ਬਹਿ ਕੇ ਉਹਨਾਂ ਨੂੰ ਗਾਂ ਅੱਗੇ ਨਹੀਂ ਜਾਣ ਦਾਂਗੇ ਹਾਂ ਜੋ ਸਾਡੇ ਨਾਲ ਹੋਵੇ ਉਹ ਹੋਵੇ ਜੰਗਲਾਤ ਮਹਿਕਮਾ ਕਹਿ ਰਿਹਾ ਵੀ ਅਸੀਂ ਕਿਸਾਨਾਂ ਨੂੰ ਜਿਹੜਾ ਨੋਟਿਸ ਜਿਹੜੇ ਆਪਾਂ ਜਾਰੀ ਕਰ ਦਿੱਤੇ ਨੇ ਅੱਛਾ ਤੁਸੀਂ ਸਰ ਕੀ ਨੋਟਿਸ ਸੰਬੰਧੀ ਨਹੀਂ ਅਜੇ ਸਾਨੂੰ ਕੋਈ ਨੋਟਿਸ ਨਹੀਂ ਪਹੁੰਚਿਆ ਕੋਰਟ ਥਰੂ ਆਉਣ ਇਦਾਂ ਨੋਟਿਸਾਂ ਦਾ ਕੀ ਮਤਲਬ ਕੋਰਟ ਸਾਨੂੰ ਆਵੇ ਤੇ ਅਸੀਂ ਕੋਰਟ ਨੂੰ ਜਵਾਬ ਦੇਈਏ ਅੱਗੇ ਅਸੀਂ ਕੋਰਟ ਨੂੰ ਜਵਾਬ ਦਿੱਤੇ ਵੀ ਨੇ ਬਾਈਕ ਜਿੱਤੇ ਵੀ ਨੇ ਹੁਣ ਸਾਡੀ ਮੰਗ ਇਹੋ ਹੀ ਆ ਵੀ ਸਾਡੀ ਜ਼ਮੀਨ ਜਿਹੜੀ ਆ ਇਹ ਸਾਨੂੰ 62 ਵਿੱਚ ਮਿਲੀ ਸੀ ਤੇ 72 ਤੱਕ 10 ਸਾਲ ਤੱਕ ਮਿਲ ਕੇ ਤੇ ਅਸੀਂ ਪੱਕੀ ਕਰ ਦਿਆਂਗੇ ਤੇ 60 ਸਾਲ ਹੋ ਗਏ ਨੇ ਅੱਜ ਤੱਕ ਪੱਕੀ ਨਹੀਂ ਹੋਈ ਸਾਡੀ ਜ਼ਮੀਨ ਇਹ ਪੱਕੀ ਕੀਤੀ ਜਾਏ ਲੋਕਾਂ ਨੂੰ ਇੱਧਰ ਵਸਾਇਆ ਸੀ ਤੇ ਲੋਕਾਂ ਦੇ ਨਾਂ ਤੇ ਉਸੇ ਤਰ੍ਹਾਂ ਮਾਲਕੀ ਉਹਨਾਂ ਦੇ ਨਾਂ ਤੇ ਕੀਤੀ ਜਾਵੇ ਤੇ ਇਹ ਲੋਕ ਸਾਰੇ ਜਿਹੜੇ ਇੱਧਰ ਬੈਠੇ ਨੇ ਉਹ ਵਸਦੇ ਰਹਿਣ। ਦਰਸੋ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਸ ਵੇਲੇ ਨਜਾਇਜ਼ ਕਬਜ਼ਾ ਸੰਬੰਧੀ ਕਿਸਾਨਾਂ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ DSP ਆਫਿਸ ਤਹਿਸੀਲਦਾਰ ਨਵਕੀਰ ਸਿੰਘ ਰੰਧਾਵਾ ਦੀ ਗਵਾਹੀ ਹੇਠ ਇੱਕ ਮੀਟਿੰਗ ਚੱਲ ਰਹੀ ਹੈ। ਮੀਟਿੰਗ ਤੋਂ ਬਾਅਦ ਆਪਾਂ ਗੱਲ ਕਰਾਂਗੇ ਪ੍ਰਸ਼ਾਸਨਿਕ ਅਧਿਕਾਰੀਆਂ ਔਰ ਕਿਸਾਨਾਂ ਦੇ ਨਾਲ ਕਿ ਇਸ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਹੈ। ਕੈਮਰਾਮੈਨ ਹੈਪੀ ਦੇ ਨਾਲ ਬਿਊਰੋ ਚੀਫ ਆਸਕਰ ਅਜਮਾਲਾ ਦੀ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਰਿਪੋਰਟ। ਬੇਨਤੀ ਇੱਦਾਂ ਕਿ ਅਸੀਂ ਉੱਥੋਂ ਦੇ ਪਟੇਦਾਰ ਸਾਂ, ਆਬਾਦਕਾਰ ਸਾਂ, ਸਾਡੇ ਬਜ਼ੁਰਗ ਉੱਥੋਂ ਦੇ ਆਬਾਦਕਾਰ ਸੀ, ਪਰ ਪੰਜਾਬ ਸਰਕਾਰ ਨੂੰ ਕੁਝ ਇੱਦਾਂ ਗਲਤ ਮਿਸਗਾਈਡ ਕਰਤਾ ਗਿਆ ਕਿ ਅਸੀਂ ਸਰਕਾਰ ਵੱਲੋਂ ਆਬਾਦਕਾਰ ਨੇਗੇ, ਅਸੀਂ ਜਬਰੀ ਤੌਰ 'ਤੇ ਕਾਬਜ਼ ਕਰ ਰਹੇ ਹਾਂ। ਅਸੀਂ ਅੱਜ ਮਾਨਯੋਗ ਤਹਿਸੀਲਦਾਰ ਸਾਹਿਬ, DSP ਸਾਹਿਬ ਅਤੇ DFO ਸਾਹਿਬ ਆਏ ਨੇ ਇੱਥੇ, ਉਹਨਾਂ ਨੂੰ ਅਸੀਂ ਇਹ ਗੱਲ ਕਨਵਿੰਸ ਕਰਾਈ ਆ ਵੀ ਇਹ ਜ਼ਮੀਨਾਂ ਦੇ ਸਾਨੂੰ ਪਟੇ ਦਿੱਤੇ ਗਏ ਸੀ। ਸਰਕਾਰ ਨੇ ਸਾਨੂੰ 100-100 ਰੁਪਈਆ ਕਿੱਲੇ ਦਾ ਦੇ ਕੇ ਆਬਾਦ ਕਰਨ ਲਈ ਸਾਡੇ ਕੋਲ ਆਬਾਦ ਕਰਾਈਆਂ ਨੇ। ਸਾਡੇ ਬਜ਼ੁਰਗਾਂ ਨੇ, ਵੱਡੇ ਭਰਾਵਾਂ ਨੇ ਖੂਨ ਪਸੀਨਾ ਵਾਹ ਕੇ ਉਹ ਪੈਲੀਆਂ ਆਬਾਦ ਕੀਤੀਆਂ ਨੇ। ਇਹ ਕੋਈ ਪੰਚਾਇਤੀ ਜ਼ਮੀਨਾਂ ਨੇਗੀਆਂ, ਇਹ ਅਸੀਂ ਕੋਈ ਧੱਕੇ ਨਾਲ ਕਾਬਜ਼ ਨਹੀਂ ਗੇ। ਇਹਨੂੰ ਉੱਦਾਂ ਟ੍ਰੀਟ ਨਾ ਕੀਤਾ ਜਾਏ ਵੀ ਜਿੱਦਾਂ ਇਹ ਪਿੰਡ ਦੀ ਪੰਚਾਇਤ ਦੀ ਪਲੇਅ ਗਰਾਊਂਡ ਆ ਜਾਂ ਸਕੂਲ ਦਾ ਰਕਬਾ ਜਾਂ ਛੱਕੜ ਛੱਪੜ ਦਾ ਰਕਬਾ, ਇਹ ਉੱਦਾਂ ਦਾ ਕੋਈ ਕੇਸ ਨਹੀਂਗਾ। ਅਸੀਂ ਸਾਰੇ ਉੱਥੇ ਕਾਸ਼ਤ ਕਰ ਰਹੇ ਹਾਂ। ਸਾਡੇ 'ਚੋਂ ਬਹੁਤ ਸਾਰੇ ਜਿਹੜੇ ਬੰਦੇ ਨੇ ਉਹ ਇਹ ਕੇਸ ਜਿਹੜੇ ਆ ਮਾਨਯੋਗ ਕੋਰਟਾਂ 'ਚੋਂ ਜਿੱਤ ਵੀ ਚੁੱਕੇ ਨੇ, ਡਿਗਰੀਆਂ ਵੀ ਹੋ ਚੁੱਕੀਆਂ ਨੇ ਸਾਡੇ ਹੱਕਾਂ 'ਚ। ਅਸੀਂ ਉਹਨਾਂ ਨੂੰ ਆਪਣਾ ਸਾਰਾ ਰਿਕਾਰਡ ਵਿਖਾਇਆ ਔਰ ਸਾਡੇ ਨਾਲ ਅਫਸਰ 100% ਸਹਿਮਤ ਵੀ ਹੋਏ ਨੇ। ਹੁਣ ਮਹਿਕਮਾ ਚਾਹੁੰਦਾ ਵਾ ਕਿ ਜਿਹੜੀ ਜੰਗਲਾਤ ਮਹਿਕਮੇ ਦੇ ਨਾਂ ਦੇ ਉੱਤੇ ਪੈਲੀ ਆ, ਜਿਹਦੀ ਜੰਗਲਾਤ ਮਹਿਕਮੇ ਦੇ ਨਾਂ 'ਤੇ ਹੀ ਗਰਦੌਰੀ ਆ ਅਤੇ ਜਿਹੜੀ ਜੰਗਲਾਤ ਮਹਿਕਮੇ ਦੇ ਰੁੱਖ ਲੱਗੇ ਨੇ ਉਹ ਉਸ ਰਕਬੇ ਨੂੰ ਆਡੈਂਟੀਫਾਈ ਕਰਨਾ ਚਾਹੁੰਦੇ ਆ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹ ਜਿਹੜਾ ਵਾ ਰਕਬਾ ਉਹਦੀਆਂ ਸਾਨੂੰ ਲਿਸਟਾਂ ਦੇ ਦਿਓ, ਜਿਨ੍ਹਾਂ ਕੇਸਾਂ 'ਚ ਕੋਈ ਵੀ ਮਤਲਬ ਸਾਡਾ ਕੋਈ ਲੈਣ ਦੇਣ ਨਹੀਂ ਜਾਂ ਝਗੜੇ ਵਾਲੀ ਗੱਲ ਨਹੀਂ ਹੋਏਗੀ, ਉਹ ਤੁਹਾਡੇ ਰਕਬੇ ਨੇ। ਪਰ ਜਿਨ੍ਹਾਂ ਕਿਸਾਨ ਜਿਹੜੇ ਪੈਲੀਆਂ ਅਸੀਂ ਕਿਸਾਨ ਵਾਹ ਰਹੇ ਹਾਂ,
जां कोई गलत उहदे विच इंदराज जंगलात विभाग का आया वा जां कोई मान जो कोर्ट ने किसी ने फैसला दिता वा उन्हां रकबियां दे विच असीं इन्हां नूं कोई दखल नहीं देन देंगे। जवान ते किसान भलाई यूनियन ते SKM संयुक्त किसान मोर्चा जिहड़ा वा जे कोई भी जबरदस्ती करदे आ ते असीं डट के उस गल का विरोध करांगे। और मानयोग तहसीलदार साहब ने सानू इस गल का आश्वासन भी दिता वा कि किसानां नाल कोई जबरदस्ती नहीं होएगी, किसानां दे हितां नूं जिहड़ा वा उह ध्यान च रखिया जाएगा। कुल मिला के मीटिंग का सिट्टा निकल आ कि जिहड़ा साडियां पैलियां ने उह साडे कोल रहणगियां, जिहड़ियां साडियां पटे वालियां ने, साडियां गरदौरियां वालियां ने, जिन्हां ते असीं लंबे समें तों काश्त करनी करदे आ रहे हैं वो साडे कोल रहणगियां। और जिहड़ियां थावां दे उत्ते इन्हां ने जंगलात ला ली सी जां इन्हां दे नां ते गरदौरी आ ते उत्थे जिहड़ी दरख्त खलोते ने वो जिहड़ी आ वो इन्हां कोल चली जाएगी। देखो जिहड़ा किसानां वालों धरना सी वो इस गल दा सी कि महकमे ने अज दखल देण दी सानू कल अनाउंसमेंट कराई सी ते असी मानयोग संयुक्त किसान मोर्चे दे जिन्हें लीडर साहबान ने उन्हां को कल चंडीगढ़ सां उन्हां को मंजूरी लैके उन्हां को थापड़ा लैके अज असी इत्थे धरना लाया सी। वह असी इन्हां नूं मैसेज भी कन्वे करता ते असी वो इस करके सीगा कि यह साडा दखल ना लैण, फैसला ना करन। जदों अज महकमे ने यही गल कहती आ कि असी तुहाडे हक्कां दे उत्ते कोई डाका नहीं मारांगे, कोई तुहाडे नाल धक्केशाह ही नहीं करांगे, इहदा मतलब यह आ भी जिन्ना चिर अज असी मानयोग तहसीलदार साहब नूं कह भी दिता ते साडियां जथेबंदियां नूं ते साडे लोकल एरिए दे जिहड़े किसान ने इन्हां नूं विश्वास विच लै के फिर कोई कार्रवाई की जाए, और उन्हां सानूं विश्वास दिता भी असीं तुहाडे नाल कोई नजायज़ नहीं करांगे। उन्हां ने इस करके असीं जिहड़ा धरना वा उहनूं मुलतवी करता वा, जदों तक ये सानूं मुड़ के दोबारा ये ना असीं आस करने आ भी सानूं मजबूर ना करनगे, पर जे ना कीता ते असीं दोबारा वड्डी पद्धर दे उत्ते SKM नूं नाल लै के धरने ते बैठांगे। देखो साडे सरहद तों उरले बन्ने जो पुल बनया उस तो पार 6 पिंडां दे विच जंगलात का रकबा जिहड़ा प्रोटेक्टेड फॉरेस्ट डिकलेयर होया 2002 तो लैके कोई 2002 च होया कोई 2003 च होया, पर यह जमीन सानू सन 68 ते सन 70 दो वारी नोटिफिकेशन करके सरकार वालों जी जंगलात लाने की दी गई सी। उहदे तहत ही असीं इहदे च जिहड़ा उह नोटिफिकेशन आ प्रोटेक्टेड फॉरेस्ट डिकलेयर करन दा उह करवाया होया जी, उह नंबर साडे कोल आ। हुण सरकार पंजाब सरकार की मंशा है कि कोई भी सरकारी जमीन ते नजायज कब्जे नहीं रहन देने, उसनू मुख रखते हुए असीं ये जिहड़ी अपनी मुहिम नजायज कब्जे चढ़ाउण दी जिहड़ी शुरू कर रहे हैं। उहदे च इस तरह सब तो पहला असीं उह केस लैण जा रहे सी जिहदे विच असीं PP एक्ट के तहत केस SDM मानयोग SDM साहब की कोर्ट में पा के तो उत्थों वह केस जीते हुए ने, केस महकमे के हक में ने, लगभग 150 किला जमीन यह जी जिहदे केस साडे हक च होए ने। ठीक है, कुछ केस साडे उल्ट भी होए ने, बट असीं उन्होंने पासे रख के जिहड़े हक ते उन्हां दी निशानदेही और उन्हां दा दखल लैण दी जिहड़ी अज साडी कारवाई सी कर जो असीं करनी सी, परंतु मौके दे उत्ते वो किसानां ने उत्थे धरना लाया, उह अगले बन्ने दरिया अपना पुल पार करन तों उन्होंने रोकिया ते नहीं जाण देना। चलो उसनूं मुख रखदे होए इत्थे अपना DSP डेरा बाबा नानक जी के उन्होंने दफ्तर में तहसीलदार साहब मैं उन्होंने मीटिंग हुई, उन्होंने नुमाइंदे भी आए हैं, पांच कुछ ज़्यादा भी आए, गलबात संजीदगी भरे माहौल हुई है। और यह फैसला किया गया कि जिहड़े जिहड़ी जगह जिहड़े खाने दे विच मतलब कि माल रिकॉर्ड के मुताबिक जिथे भी जंगलात विभाग काश्तकार है, मालकी खाने बैठा है, काश्तकार बैठा, प्रदेश सरकार ये सारी जमीन की जिनी भी सरकारी जमीन की मालक प्रदेश सरकार है। एक तो वो किसान यूनियन के लीडर साहबान यह सी कि प्रदेश सरकार मालिक है तो पंजाबी विभाग क्यों नहीं, ये बड़ा क्लीयर कर देना चाहते हैं कि सरकार जी है प्रदेश सरकार ही मालिक होंगी है, वन विभाग का एक पार्ट है, हिस्सा है। ठीक है जी, हुण अज उन्होंने ये फैसला किया गया कि असीं उन्होंने कुछ उन्होंने डाकूमेंट मंगे ने, असीं उन्होंने देने जा रहे हैं, कुछ वो डाकूमेंट दिखा रहे भी सन 62 के उन्होंने जमीन जी अलाट की गई सी, तो सानू 68 की दे उस कुछ कंट्राडिक्टरी पॉइंट उन्होंने आए कि जी 62 की है वही तुम 68 कर दी है, वो सानू अपने उन्होंने अं थोड़ा समा दिता है, सोमवार तक का समा देंगे उन्होंने कि सोमवार तक सानू जो अपना रिकॉर्ड देंगे भी आ जमीन 62 उन्होंने आई सी, सानू 68 आ गई, वो नंबर दोवें पासे किस तरह चल गए, उस चीज़ को फिर उच्च अधिकारियों के ध्यान में लिया के वह भी मसला सॉर्ट आउट कराया जाएगा। इस तो अलावा जितते हुए जोड़े केस साढ़े उन्होंने तो जेडे साडे विभाग के नाँ पर माल रिकॉर्ड बैठे हैं वो निशानदेही असं अगले हफ्ते फिर कर जा रहे हैं, उन्होंने ज़्यादा लंबा समा नहीं दे सकते क्योंकि आ सिर्फ
इस चीज़ को मुख रखते हुए भी उसे कोई झगड़ा ना हो कोई कानून कानून की स्थिति ना पैदा हो अज का जरा मीटिंग करके ही उन्होंने को समा लैके टाल गया।